ਆਤਮ ਵਿਸ਼ਵਾਸ ਦਾ ਚਮਤਕਾਰ ਦਾ ਦੂਸਰਾ ਲੇਖ ਹੈ ਆਤਮ ਵਿਸ਼ਵਾਸ ਦਾ ਅਸਰ ਕਾਲ ਲਾਈਲ ਨੇ ਲਿਖਿਆ ਕਿ ਤੁਸੀਂ ਸਵੈ ਵਿਚਾਰਾਂ ਰਹੀ ਰਹੀ ਹੀ ਆਪੇ ਤੇ ਜਿੱਤ ਪ੍ਰਾਪਤ ਕਰਦੇ ਹੋ ਜੇ ਤੁਸੀਂ ਇਹ ਭਲੀ ਭਾਂਤ ਸਮਝ ਲਓ ਕਿ ਵਿਅਕਤੀਆਂ ਤੇ ਸੰਗਠਨਾਂ ਦੇ ਭਾਗ ਨਿਰਮਾਣ ਵਿੱਚ ਵਿਚਾਰ ਹੀ ਇੱਕਮਾਤਰ ਕਾਰਨ ਹੁੰਦੇ ਹਨ ਤਾਂ ਤੁਹਾਡੇ ਹੱਥ ਵਿੱਚ ਤਲਵਾਰ ਲੈਣ ਦੀ ਜ਼ਰੂਰਤ ਨਹੀਂ ਪੈਗੀ ਜਿਵੇਂ ਜੇ ਤੁਹਾਡੇ ਵਿਚਾਰ ਹੋਣਗੇ ਨਿਸ਼ਚਿੰਤ ਰੂਪ ਨਾਲ ਨਤੀਜੇ ਵੀ ਉਸੇ ਤਰ੍ਹਾਂ ਹੋਣਗੇ ਸਫਲਤਾ ਸਿਰਫ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਸਾਡੇ ਚ ਕਿੰਨਾ ਉਤਸ਼ਾਹ ਹੈ ਕਿੰਨਾ ਸਵੈ ਭਰੋਸਾ ਹੈ ਜਾਂ ਦੂਜੇ ਲੋਕ ਸਾਡੇ ਤੇ ਕਿੰਨਾ ਭਰੋਸਾ ਕਰਦੇ ਹਨ ਹਾਲੇ ਕਿ ਸਾਡੀਆਂ ਸਫਲਤਾਵਾਂ ਦਾ ਇੱਕ ਮੁੱਖ ਕਾਰਨ ਵੀ ਹੈ ਪਰ ਇਹ ਨਿਸ਼ਚਿਤ ਹੈ ਕਿ ਦੂਜੇ ਸਾਡੇ ਤੇ ਤਾਂ ਹੀ ਇਤਬਾਰ ਕਰਦੇ ਹੈ ਜਦ ਸਾਨੂੰ ਸਵੈ ਭਰੋਸਾ ਹੁੰਦਾ ਹੈ ਦੂਜਿਆਂ ਦਾ ਸਾਡੇ ਤੇ ਭਰੋਸਾ ਕਰਨਾ ਸਾਡੇ ਸਵੈ ਭਰੋਸੇ ਦਾ ਹੀ ਪ੍ਰਤੀਬਿੰਬ ਹੈ ਇਹ ਸਾਡੇ ਵਿਅਕਤੀ ਸ਼ਖਸੀਅਤ ਦਾ ਹੀ ਸਬੂਤ ਹੁੰਦਾ ਹੈ ਮਤਲਬ ਸਾਡੀਆਂ ਮਨ ਪਰਵਿਰਤੀਆਂ ਰਾਹੀਂ ਹੀ ਅਸੀਂ ਦੂਜਿਆਂ ਦਾ ਭਰੋਸਾ ਪ੍ਰਾਪਤ ਕਰਨ ਦੇ ਸਮਰੱਥ ਹੁੰਦੇ ਹਾਂ ਕਿਸੇ ਕੰਮ ਨੂੰ ਉਤਸ਼ਾਹਪੂਰਵਕ ਕਰਨ ਦੀ ਤੁਹਾਡੀ ਪੱਕੀ ਇੱਛਾ ਸੰਕਰਮਕ ਅਸਰ ਰੱਖਦੀ ਹੈ ਉਹਦਾ ਦੂਜਿਆਂ ਤੇ ਅਸਰ ਪੈਂਦਾ ਹੈ ਤੁਹਾਡੇ ਸੰਪਰਕ ਚਾਉਣ ਵਾਲੇ ਉਨਾ ਲੋਕਾਂ ਤੇ ਜ਼ਰੂਰੀ ਅਸਰ ਪੈਂਦਾ ਹੈ ਜਿਨ੍ਹਾਂ ਤੇ ਤੁਸੀਂ ਕਿਸੇ ਤਰ੍ਹਾਂ ਦਾ ਹੱਕ ਜਤਾਉਣਾ ਜਾਂ ਪ੍ਰਭਾਵ ਪਾਉਣਾ ਚਾਹੁੰਦੇ ਹੋ ਇਹਦੇ ਸਾਫ ਉਦਾਹਰਣ ਹਨ ਅਧਿਆਪਕ ਵਕਤਾ ਵਕੀਲ ਵਿਕਰੇਤਾ ਵਪਾਰੀ ਜਾਂ ਕਿਸੇ ਚੋਣ ਵਿੱਚ ਖੜੇ ਉਮੀਦਵਾਰ ਜੇ ਤੁਸੀਂ ਆਪਣੇ ਆਪ ਨੂੰ ਸਵੈ ਭਰੋਸੇ ਨਾਲ ਪੂਰੀ ਤਰ੍ਹਾਂ ਟੱਕ ਰੱਖਿਆ ਤਾਂ ਇਸ ਗੱਲ ਦਾ ਦੂਜੇ ਲੋਕਾਂ ਤੇ ਜਾਦੂ ਜਿਹਾ ਅਸਰ ਪੈਂਦਾ ਹੈ ਜੇ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਅਪਣਾਉਣ ਦਾ ਅਭਿਆਸ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦੂਜੇ ਉਸ ਤੋਂ ਕਿੰਨੀ ਜਲਦੀ ਪ੍ਰਭਾਵਿਤ ਹੁੰਦੇ ਹਨ ਇਸ ਨਾਲ ਤੁਸੀਂ ਜਿਸ ਕੰਮ ਨੂੰ ਵੀ ਹੱਥ ਲਓਗੇ ਦੂਜਿਆਂ ਨੂੰ ਵੀ ਇਤਬਾਰ ਹੋ ਜਾਏਗਾ ਕਿ ਉਹ ਕੰਮ ਤੁਸੀਂ ਜ਼ਰੂਰ ਪੂਰਾ ਕਰ ਲਓਗੇ ਇਸ ਗੁਣ ਨਾਲ ਮਨੁੱਖ ਦੀ ਸਾਖ ਬਣਦੀ ਹੈ ਜਿਹੜੇ ਲੋਕ ਹੱਥ ਵਿੱਚ ਲਈ ਹੋਏ ਕੰਮ ਨੂੰ ਪੂਰਾ ਕਰਨ ਦੀ ਆਪਣੀ ਸ਼ਮਤਾ ਵਿੱਚ ਪੂਰਨ ਸ਼ਰਧਾ ਤੇ ਭਰੋਸਾ ਰੱਖਦੇ ਹਨ ਉਹਨਾਂ ਦਾ ਚਰਿੱਤਰ ਉੱਚਾ ਤੇ ਸਿਰਜਣਾਤਮਕ ਗੁਣਾ ਨਾਲ ਭਰਿਆ ਹੁੰਦਾ ਹੈ ਜਦੋਂ ਤੁਹਾਨੂੰ ਇਹ ਭਰੋਸਾ ਹੁੰਦਾ ਹੈ ਕਿ ਮੇਰਾ ਆਪਣਾ ਵਿਸ਼ਾ ਹੈ ਤੇ ਮੇਰਾ ਖੇਤਰ ਹੈ ਤਾਂ ਤੁਹਾਡਾ ਤੁਹਾਡੇ ਸਵੈ ਭਰੋਸੇ ਦਾ ਦੂਜਿਆਂ ਤੇ ਅਸਰ ਪੈਂਦਾ ਹੈ ਤੇ ਜੇ ਤੁਹਾਡੇ 'ਚ ਭਰੋਸਾ ਹੋਈਗਾ ਤਾਂ ਤੁਹਾਡੀਆਂ ਗੱਲਾਂ ਤੋਂ ਵੀ ਪਤਾ ਲੱਗੇਗਾ ਦੂਜੇ ਲੋਕ ਸਮਝ ਜਾਣਗੇ ਕਿ ਇਸ ਵਿਅਕਤੀ 'ਚ ਸਫਲ ਹੋਣ ਦੀ ਸ਼ਕਤੀ ਦੇ ਗੁਣ ਹਨ ਤੇ ਜੇ ਦੂਜਿਆਂ ਦੇ ਮਨ 'ਚ ਕੋਈ ਭਰਮ ਹੋਏਗਾ ਤਾਂ ਉਹ ਵੀ ਦਬ ਜਾਏਗਾ ਤੋੜਾ ਪੱਕਾ ਨਿਸ਼ਚਾਈ ਹੋਰ ਲੋਕਾਂ ਵਿੱਚ ਭਰੋਸੇ ਦੀ ਪ੍ਰੇਰਨਾ ਭਰਦਾ ਹੈ ਲੋਕ ਉਸੇ ਆਦਮੀ ਤੇ ਇਤਬਾਰ ਕਰਦੇ ਹੈ ਜਿਨ੍ਹਾਂ ਦੀ ਕੋਈ ਵਿਉਂਤ ਹੁੰਦੀ ਹੈ ਜਿਨੂੰ ਇਹ ਗਿਆਨ ਹੁੰਦਾ ਹੈ ਕਿਉਂਕਿ ਇੱਛਾ ਰੱਖਦਾ ਹੈ ਜਿਹੜਾ ਚੰਚਲ ਨਹੀਂ ਹੁੰਦਾ ਉਹ ਕੁਝ ਕੰਮ ਕਰਕੇ ਵਿਖਾਉਂਦਾ ਉਹਨੂੰ ਅਜਿਹਾ ਲੱਗਦਾ ਹੈ ਕਿ ਸੰਸਾਰ ਦੀ ਹਰ ਚੀਜ਼ ਉਹਦੀ ਮਦਦ ਕਰ ਰਹੀ ਹੈ ਸਾਰੇ ਲੋਕ ਅਜੇ ਸਵੈ ਪ੍ਰੋਸੇ ਨਾਲ ਪਰੇ ਬੰਦੇ ਦੀ ਮਦਦ ਕਰਦੇ ਹਨ ਉਹਦੇ ਸਹਾਇਕ ਹੋ ਜਾਂਦੇ ਹਨ ਤੇ ਜਿਹੜੀਆਂ ਗੱਲਾਂ ਘੱਟ ਸਵੈ ਪ੍ਰੋਸੇ ਵਾਲੇ ਨੂੰ ਕਮਜ਼ੋਰ ਕਰਦੀਆਂ ਹਨ ਉਹੀ ਗੱਲਾਂ ਪੱਕੀ ਆਸਥਾ ਤੇ ਸਵੈ ਪ੍ਰੋਸੇ ਵਾਲੇ ਵਿਅਕਤੀ ਨੂੰ ਸ਼ਕਤੀ ਦਿੰਦੀਆਂ ਹਨ ਸੰਸਾਰ ਦਾ ਨਿਯਮ ਹੈ ਕਿ ਲੋਕ ਉਦੇ ਹੁੰਦੇ ਜਾਂ ਉੱਪਰ ਉੱਠ ਰਏ ਸੂਰਜ ਨੂੰ ਹੀ ਸਲਾਮ ਕਰਦੇ ਹਨ ਇਸੇ ਤਰ੍ਹਾਂ ਜਿਹੜਾ ਵਿਅਕਤੀ ਉੱਚਾ ਚੜ ਰਿਹਾ ਹੁੰਦਾ ਹੈ ਦੁਨੀਆ ਉਸੇ ਦੀ ਮਦਦ ਕਰਦੀ ਹੈ ਉਸੇ ਦੀ ਜੈਜਾ ਕਰ ਕਰਦੀ ਹੈ ਜਦ ਕਿ ਥੱਲੇ ਡਿੱਗਣ ਵਾਲੇ ਨੂੰ ਸਭ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਜਿਸ ਨੂੰ ਸਵੈ ਭਰੋਸਾ ਹੀ ਨਹੀਂ ਉਸ ਤੇ ਦੁਨੀਆ ਕਿਸ ਤਰ੍ਹਾਂ ਇਤਬਾਰ ਕਰੇਗੀ ਦੁਨੀਆ ਜੈ ਵਿਅਕਤੀ ਦੀ ਤਾਰੀਫ ਕਰਦੀ ਹੈ ਜਿਸ ਨੂੰ ਸਵੈ ਭਰੋਸਾ ਹੋਵੇ ਅਜਿਹੇ ਵਿਅਕਤੀ ਦਾ ਕਿੰਨਾ ਹੀ ਹਾਸਾ ਉਡਾਇਆ ਜਾਵੇ ਕਿੰਨਾ ਹੀ ਉਹਦੇ ਵਿਰੋਧ ਵਿੱਚ ਲਿਖਿਆ ਜਾਵੇ ਉਦੇ ਬਾਰੇ ਕਿੰਨੀਆਂ ਹੀ ਬੇਤੁਕੀਆਂ ਗੱਲਾਂ ਕਹੀਆਂ ਜਾਣ ਉਹਨੂੰ ਕੋਈ ਡਿਗਾ ਨਹੀਂ ਸਕਦਾ ਗਰੀਬ ਉਹਨੂੰ ਪ੍ਰਭਾਵਿਤ ਗਰੀਬੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ ਬਦਕਿਸਮਤੀ ਉਹਨੂੰ ਢਾਉਂਦੀ ਨਹੀਂ ਔਕੜਾਂ ਆਪਣੇ ਰਾਹ ਤੋਂ ਪਰੇ ਨਹੀਂ ਕਰਦੀਆਂ ਜਿਨ੍ਹਾਂ ਦੇ ਮੂੰਹ ਤੇ ਨਿਸ਼ਚਾ ਝਲਕਦਾ ਹੈ ਪੱਕੀ ਇੱਛਾ ਸ਼ਕਤੀ ਹੈ ਉਹ ਅੱਧੀ ਲੜਾਈ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲੇ ਜਿੱਤ ਲੈਂਦੇ ਹਾਂ ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਜਿਹੜਾ ਜਿਸ ਕੰਮ ਨੂੰ ਵੀ ਹੱਥ 'ਚ ਲਏਗਾ ਉਹਨੂੰ ਬੜੇ ਚੰਗੇ ਢੰਗ ਨਾਲ ਪੂਰਾ ਕਰ ਦਏਗਾ ਕਿਉਂਕਿ ਉਹ ਕਦੇ ਹਿਚਕਚਾਉਂਦਾ ਨਹੀਂ ਉਹਨੂੰ ਆਪਣੀ ਸ਼ਮਤਾ ਤੇ ਕਦੇ ਭਰਮ ਨਹੀਂ ਹੁੰਦਾ ਕਦੇ-ਕਦੇ ਅਜਿਹਾ ਵੀ ਵੇਖਣ ਚਾਹੁੰਦਾ ਹੈ ਕਿ ਉਹਦਾ ਆਤਮ ਵਿਸ਼ਵਾਸ ਹੋਂਮੇ ਹੱਦ ਤੱਕ ਪਹੁੰਚ ਜਾਂਦਾ ਹੈ ਤੇ ਲੋਕ ਉਸ ਕੋਲੋਂ ਬੇਮੁਖ ਹੋਣ ਲੱਗਦੇ ਹਨ ਪਰ ਇਸ ਹਾਲਤ ਵਿੱਚ ਵੀ ਉਹਨੂੰ ਕਿਸੇ ਸਾਹਮਣੇ ਆਪਣੀ ਹਾਰ ਨਹੀਂ ਮੰਨਣੀ ਪੈਂਦੀ ਇਹਦੇ ਉਲਟ ਕੁਝ ਅਜਿਹੇ ਵਿਅਕਤੀਆਂ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਜਿਹੜੇ ਚੰਗੇ ਢੰਗ ਨਾਲ ਸਿੱਖਿਆ ਥਨ ਬڑے ਸੂਖਮ ਵਿਚਾਰ ਰੱਖਦੇ ਹਨ ਬੜਾ ਸੋਚਦੇ ਹਨ ਪਰ ਜਦੋਂ ਉਹਨਾਂ ਦੇ ਸਾਹਮਣੇ ਕੋਈ ਕੰਮ ਆਉਂਦਾ ਹੈ ਤਾਂ ਭਰਮ ਚ ਪੈ ਕੇ ਸੋਚਦੇ ਹਨ ਕਿ ਨੁਕਸਾਨ ਹੋਏਗਾ ਜਾਂ ਫਾਇਦਾ ਇਸੇ ਲਈ ਉਹ ਕੋਈ ਨਿਸ਼ਚੈ ਨਹੀਂ ਕਰ ਸਕਦੇ ਤੇ ਕਈ ਤਰ੍ਹਾਂ ਦੇ ਭਰਮਾਂ ਚ ਪਏ ਰਹਿੰਦੇ ਆ ਉਹ ਹਾਲੇ ਸੋਚ ਵਿੱਚ ਹੀ ਪਏ ਹੁੰਦੇ ਆ ਪੱਕੇ ਸਵੈ ਭਰੋਸੇ ਵਾਲਾ ਵਿਅਕਤੀ ਉਸ ਕੰਮ ਨੂੰ ਪੂਰਾ ਕਰ ਦਿੰਦਾ ਹੈ ਅਜਿਹੇ ਪੱਕੇ ਲੋਕ ਆਪਣੇ ਵਿਰੋਧੀਆਂ ਨੂੰ ਵੀ ਮਜਬੂਰ ਕਰ ਦਿੰਦੇ ਆ ਕਿ ਉਹ ਉਹਨਾਂ ਤੇ ਇਤਬਾਰ ਕਰਨ ਹਾਲਾਂਕਿ ਉਹਨਾਂ ਕੋਲ ਇਤਬਾਰ ਨਾ ਕਰਨ ਦਾ ਬਹਾਨਾ ਵੀ ਹੁੰਦਾ ਹੈ ਭਾਵੇਂ ਕਿਸੇ ਵਿੱਚ ਬਹੁਤੀ ਸ਼ਮਤਾ ਨਾ ਵੀ ਹੋਵੇ ਪਰ ਜੇ ਤੈਅਲ ਸਵੈ ਇਤਬਾਰ ਹੋਵੇ ਤਾਂ ਉਹ ਖਾਸ ਬਣ ਸਕਦਾ ਹੈ ਕੰਮ ਵੀ ਬੜਾ ਵੱਧ ਕਰ ਜਾਂਦਾ ਹੈ ਜੇ ਕਿਸੇ 'ਚ ਅਸਾਧਾਰਨ ਸ਼ਮਤਾ ਹੋਵੇ ਪਰ ਉਹ ਡਰਪੋਕ ਤੇ ਝਿਜਕਣ ਵਾਲਾ ਹੋਵੇ ਇਤਬਾਰ ਦੀ ਕਮੀ ਹੋਵੇ ਅਜਿਹੇ ਵਿਅਕਤੀ ਕਦੀ ਸਫਲ ਨਹੀਂ ਹੋ ਸਕਦਾ ਇੱਕ ਅਧਿਆਪਕ ਜਿਸ ਦਾ ਗਿਆਨ ਭਾਵੇਂ ਆਮ ਹੋਵੇ ਅਧਿਐਨ ਸਧਾਰਨ ਹੋਵੇ ਪਰ ਆਪੇ ਤੇ ਇਤਬਾਰ ਹੋਵੇ ਤਾਂ ਉਹ ਸਧਿਆਪਕ ਤੋਂ ਵੱਧ ਸਫਲ ਹੋਏਗਾ ਜਿਹੜਾ ਭਾਵੇਂ ਬਾਧੂ ਵਿਦਵਾਨ ਹੋਵੇ ਪਰ ਜਿਸਟ ਸਵੈ ਭਰੋਸੇ ਦੀ ਕਮੀ ਹੋਵੇ ਤੇ ਜਿਹੜਾ ਇਹ ਨਾ ਦੱਸ ਸਕੇ ਕਿ ਉਹਦਾ ਆਪਣੇ ਵਿਸ਼ੇ ਤੇ ਪੂਰਾ ਅਧਿਕਾਰ ਹੈ ਅਧਿਆਪਕ ਦੀ ਇਹ ਗੱਲ ਭਲੇ ਹੀ ਆਦਰਸ਼ ਪੱਖੋਂ ਨਾ ਠੀਕ ਹੋਵੇ ਪਰ ਦੁਨੀਆ ਵਿੱਚ ਸੱਚ ਹੀ ਪ੍ਰਗਟ ਹੁੰਦਾ ਹੈ ਇਸ ਦੇ ਪ੍ਰਤੀਕਾਰ ਇਹ ਹੈ ਕਿ ਬੁੱਧੀਮਾਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਵੈ ਇਤਬਾਰ ਦੀ ਜੋਤ ਜਗਾਉਣ ਸਾਡਾ ਹਰੇਕ ਕੰਮ ਤੇ ਵਪਾਰ ਇਸ ਗੱਲ ਤੇ ਨਿਰਭਰ ਹੈ ਕਿ ਦੂਜੇ ਸਮਝਣ ਤੇ ਉਹਨਾਂ ਨੂੰ ਭਰੋਸਾ ਹੋਵੇ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਅਸੀਂ ਵਿਅਮਤਾ ਨੂੰ ਪੂਰਾ ਕਰ ਦੇਵਾਂਗੇ ਅਸੀਂ ਚੰਗਾ ਉਤਪਾਦਨ ਕਰ ਸਕਾਂਗੇ ਅਸੀਂ ਦਫ਼ਤਰਾਂ ਨੂੰ ਅਨੁਸ਼ਾਸਨ ਚ ਰੱਖ ਸਕਦੇ ਹਾਂ ਤੇ ਅਸੀਂ ਕੋਈ ਵੀ ਅਜਿਹਾ ਕੰਮ ਚੰਗੀ ਤਰ੍ਹਾਂ ਕਰ ਸਕਦੇ ਹਾਂ ਜਿਸ ਨੂੰ ਜਨਤਾ ਜਾਂ ਮਾਲਕ ਚਾਹੁੰਦਾ ਹੋਵੇ ਆਪਣਾ ਇਤਬਾਰ ਛੇਤੀ ਦੂਜਿਆਂ ਦੇ ਮਨ ਤੱਕ ਪਹੁੰਚਾਉਣਾ ਵੇਚਣ ਵਾਲੇ ਲਈ ਬੜੀ ਜ਼ਰੂਰੀ ਹੈ ਫਿਰ ਤੁਰਕੇ ਵਪਾਰ ਕਰਨ ਵਾਲੇ ਲੋਕਾਂ ਤੇ ਗੋਦਾਮਾਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਸਵੈਤਵਾਰ ਦੀ ਬੜੀ ਲੋੜ ਹੁੰਦੀ ਹੈ ਵੇਚਣ ਵਾਲਾ ਕਿਸੇ ਵੀ ਤਰ੍ਹਾਂ ਦਾ ਹੋਵੇ ਉਹਨੂੰ ਇੱਕ ਖਾਸ ਤਰ੍ਹਾਂ ਦੇ ਮੋਹਣੀ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਖੇਤੀ ਖਰੀਦਦਾਰ ਨੂੰ ਪ੍ਰਭਾਵਿਤ ਕਰ ਦੇਵੇ ਖਰੀਦਦਾਰ ਅਕਸਰ ਅਨਿਸ਼ਚਿਤੀ ਹਾਲਤ ਵਿੱਚ ਹੁੰਦਾ ਹੈ ਉਹ ਕਦੇ ਇੱਕ ਚੀਜ਼ ਨੂੰ ਖਰੀਦਣ ਬਾਰੇ ਸੋਚਦਾ ਹੈ ਕਦੇ ਦੂਜੀ ਨੂੰ ਚਤੂਰ ਸੇਲਜ਼ਮੈਨ ਆਪਣੀ رائے ਦੇ ਕੇ ਉਹਦਾ ਨਿਸ਼ਚਾ ਪੱਕਾ ਕਰਦਾ ਹੈ ਅਜਿਹਾ ਪ੍ਰਗਟ ਕਰਦਾ ਜਿਵੇਂ ਖਰੀਦਦਾਰ ਨੇ ਉਹਦੀ ਗੱਲ ਮੰਨ ਲਈ ਹੋਵੇ ਤੇ ਉਹ ਚੀਜ਼ ਨੂੰ ਪੈਕ ਕਰਨ ਦਾ ਨਾਟਕ ਕਰਨ ਲੱਗਦਾ ਹੈ ਸੇਲਜ਼ਮੈਨ ਨੂੰ ਰੋਜ਼ ਕਈ ਤਰੀਕੇ ਵਰਤਣੇ ਪੈਂਦੇ ਹੈ ਇਹ ਤਾਂ ਉਹਨਾਂ ਵਿੱਚੋਂ ਇੱਕ ਹੈ ਇਹ ਇੱਕ ਤਰ੍ਹਾਂ ਦੀ ਚਤ్రਾਈ ਹੈ ਇਸ ਚਤ్రਾਈ ਨਾਲ ਇਹ ਵੀ ਜ਼ਰੂਰੀ ਹੈ ਕਿ ਸੇਲਜ਼ਮੈਨ ਵਿੱਚ ਸਵੈ ਵਿਸ਼ਵਾਸ ਪੱਕਿਆਈ ਤੇ ਨਿਸ਼ਚਾ ਹੋਵੇ ਕਿਉਂਕਿ ਖਰੀਦਦਾਰ ਗੱਲਾਂ ਤੋਂ ਹੀ ਪ੍ਰਭਾਵਿਤ ਹੁੰਦੇ ਹਨ ਜੇ ਖਰੀਦਣ ਵਾਲੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੋ ਜਾਏ ਤਾਂ ਉਹ ਛੇਤੀ ਕੁਝ ਵੀ ਨਾ ਖਰੀਦਣ ਦਾ ਨਿਸ਼ਚੈ ਕਰ ਲਏਗਾ ਫਿਰ ਵੇਚਣ ਵਾਲੇ ਦੀਆਂ ਸਾਰੀਆਂ ਗੱਲਾਂ ਤਰਕ ਦਲੀਲਾਂ ਤੇ ਕਿਸੇ ਤਰ੍ਹਾਂ ਦਾ ਲਾਲਚ ਸਭ ਬੇਕਾਰ ਹੋ ਜਾਣਗੇ ਆਪਣੀਆਂ ਸਹੀ ਮਾਨਸਿਕ ਬਿਰਤੀਆਂ ਨੂੰ ਫੈਲਾਉਣ ਦੀ ਲੋੜ ਸਭ ਤੋਂ ਵੱਧ ਅਧਿਆਪਕ ਨੂੰ ਹੁੰਦੀ ਹੈ। ਅਨਿਸ਼ਚਿਤ ਮਨ ਵਾਲਾ ਅਧਿਆਪਕ ਸਾਰੀ ਜਮਾਤ ਵਿੱਚ ਅਪਰਬੰਧ ਪੈਦਾ ਕਰ ਦੇਗਾ। ਜਦ ਕਿ ਨਿਸ਼ਚਿਤ ਪ੍ਰਬੰਧ, ਸਵੈ ਵਿਸ਼ਵਾਸ ਤੇ ਪੱਕਾ ਅਧਿਆਪਕ ਉਹਨਾਂ ਅਨੁਸ਼ਾਸਨਹੀਨ ਬਾਲਕਾਂ ਤੋਂ ਚੰਗਾ ਕੰਮ ਕਰਵਾ ਸਕੇਗਾ। ਅਧਿਆਪਕ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀਆਂ ਨਿੱਜੀ ਵਿਰੋਧੀ ਭਾਵਨਾਵਾਂ ਤੇ ਜਿੱਤ ਪਾਵੇ। ਉਦਾ ਕੰਮ ਬੜਾ ਔਖਾ ਹੁੰਦਾ ਹੈ ਕਿਉਂਕਿ ਉਹਨੂੰ ਅਨੇਕ ਗੱਲਾਂ ਸਿੱਖਿਆਰਥੀਆਂ ਦੇ ਦਿਮਾਗ 'ਚ ਪਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਤੇ ਉਹ ਧਿਆਨ ਨਹੀਂ ਦੇਣਾ ਚਾਹੁੰਦੇ ਇਹ ਸਭ ਕੰਮ ਉਹ ਆਪਣੀ ਸ਼ਖਸੀਅਤ ਨਾਲ ਕਰਦਾ ਹੈ ਬਾਲਾਂ ਤੇ ਜਵਾਨਾਂ ਦੇ ਮਾਪੇ ਅਧਿਆਪਕ ਦੇ ਅਸਰ ਨੂੰ ਇੱਕਦਮ ਗ੍ਰਹਿਣ ਕਰ ਲੈਂਦੇ ਹਨ ਪਰ ਇਹ ਤਾਂ ਹੀ ਹੁੰਦਾ ਜਦ ਇਹਨਾਂ ਨੂੰ ਇਹ ਇਤਬਾਰ ਹੋ ਜਾਂਦਾ ਹੈ ਕਿ ਅਧਿਆਪਕ ਅਸਲ ਵਿੱਚ ਉਹਨਾਂ ਵਿੱਚ ਦਿਲਚਸਪੀ ਲੈ ਰਿਹਾ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਚ ਹੀ ਅਧਿਆਪਕ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ। ਮਤਲਬੀ ਤੇ ਹਮਦਰਦੀ ਤੋਂ ਬਿਨਾਂ ਸੁਭਾਅ ਵਾਲੇ ਅਧਿਆਪਕ ਬਾਲਾਂ ਤੋਂ ਛੁਪੇ ਨਹੀਂ ਰਹਿੰਦੇ। ਉਹ ਉਹਨਾਂ ਨੂੰ ਛੇਤੀ ਪਛਾਣ ਲੈਂਦੇ ਹਨ। ਧੰਨਵਾਦ।